ਨਿਹੰਗ ਤੁਹਾਡੇ ਦਫ਼ਤਰ ਨੂੰ ਘੇਰਨ ਲਈ ਆ ਰਿਹਾ। ਅੱਛਾ ਜੀ। ਤੇ ਚਲੋ ਅਸੀਂ ਐਜ਼ ਯੂਜ਼ੂਅਲ ਵੀ ਸਾਨੂੰ ਇਹ ਹੁੰਦਾ ਵੀ ਪ੍ਰਸ਼ਾਸਨ ਕਹਿੰਦਾ ਸਾਨੂੰ ਦੱਸਿਆ ਨਹੀਂ, ਠੀਕ ਹੈ ਨਾ, ਸਾਨੂੰ ਪ੍ਰਸ਼ਾਸਨ ਤੋਂ ਕੋਈ ਬਾਹਲੀ ਉਮੀਦ ਨਹੀਂ, ਫਿਰ ਵੀ ਅਸੀਂ ਪ੍ਰਸ਼ਾਸਨ ਨੂੰ ਇਨਫੋਰਮ ਕਰਤਾ ਵੀ ਇਹ ਕੋਈ ਨਿਹੰਗ ਸਾਨੂੰ ਇੱਦਾਂ ਇੱਦਾਂ ਪੱਤਰਕਾਰ ਭਰਾਵਾਂ ਦੇ ਫੋਨ ਆ ਰਹੇ ਨੇ, ਫੋਨ ਕਰਕੇ ਉਹ ਆ ਰਿਹਾ, ਠੀਕ ਹੈ ਨਾ ਜੀ, ਤੇ ਫੋਨ ਕਰਕੇ ਉਹ ਆਇਆ, ਜਦ ਤੱਕ ਅਸੀਂ ਥੱਲੇ ਆਏ ਹਾਂ ਪੁਲਿਸ ਆ ਚੁੱਕੀ ਸੀ, ਉਹਨੂੰ ਇੱਥੇ ਲਿਆਏ ਨੇ, ਅਸੀਂ ਤਾਂ ਪ੍ਰਸ਼ਾਸਨ ਨੂੰ ਪੁੱਛਣ ਆਏ ਵੀ ਇਹਦੇ 'ਤੇ ਕੀ ਕਾਰਵਾਈ ਕਰ ਰਹੇ ਹੋ ਤੁਸੀਂ, ਪਤਾ ਨਹੀਂ ਜੀ ਹੁਣ ਇਹਨਾਂ ਦਾ ਕਾਰਨ ਥੋੜ੍ਹੀ ਹੈ, ਅੰਮ੍ਰਿਤਪਾਲ ਬੋਲਦਾ ਉਹਦਾ ਕੀ ਕਾਰਨ ਹੈ, ਫਿਰ ਤੁਸੀਂ ਗੁੱਸਾ ਨਾ ਕਰੀਓ ਸਾਰੇ ਮੇਰੇ ਭਰਾ ਹੋ, ਫਿਰ ਤੁਸੀਂ ਹਿੰਦੂ ਨੇਤਾ ਨੂੰ ਟਾਰਗੇਟ ਕਰਨੇ ਵੀ ਅਸੀਂ ਮਾਹੌਲ ਖਰਾਬ ਕਰਦੇ, ਹੁਣ ਕਿਹਨੇ ਕੀਤਾ ਇਹ ਬੰਦਾ ਜਿਹੜਾ ਰਮ, ਇੱਕ ਮਿੰਟ ਭਾਜੀ, ਜਿਹੜਾ ਰਮਨ ਇਹ ਜਿਹੜਾ ਨਿਹੰਗ ਇਹਦਾ ਨਾਮ ਰਮਨ ਹੈ, ਤੁਸੀਂ ਬਾਏ ਨੇਮ ਇਹਦਾ ਸਲੇਮ ਡਬਰੀ ਥਾਣੇ ਤੋਂ ਰਿਕਾਰਡ ਕਢਾਓ, ਇਹਦੇ ਇੱਕ ਮਹੱਲੇਦਾਰ ਵੀ ਇੱਥੇ ਖੜਾ ਭਰਾ ਸਾਡੇ ਕੋਲ, ਉਹ ਆਇਆ ਨਹੀਂ, ਉਹ ਇਹਦੇ 'ਤੇ ਬਾਏ ਨੇਮ ਚਿੱਟੇ ਦੇ ਪਰਚੇ, ਬਾਏ ਨੇਮ ਕੁੜੀਆਂ ਛੋੜਨ ਦੇ ਪਰਚੇ, ਖੋਹ ਦੇ ਪਰਚੇ, ਅੱਜ ਇਹਨੇ ਬਾਣਾ ਪਾ ਲਿਆ ਪਵਿੱਤਰ ਬਾਣਾ, ਕਿਉਂ ਇਹ ਬਾਣੇ ਦੀ ਬੇਅਦਬੀ ਕਰ ਰਹੇ ਨੇ, ਗੱਲ ਨੂੰ ਸਮਝ ਇਹਦਾ ਮੋਟੇ। ਚਲੋ ਜੇ ਮੈਂ ਮੰਨ ਲੈਣਾ ਬੜਾ ਵੱਡਾ ਸੂਰਮਾ ਸੀ ਫਿਰ ਤੁਹਾਨੂੰ ਦੱਸ ਕੇ ਕਿਉਂ ਆਇਆ, ਫਿਰ ਆ ਜਾਂਦਾ ਸਿੱਧਾ, ਅਜੇ ਤਾਂ ਨਹੀਂ ਕਿਸੇ ਨੂੰ ਕਿਹਾ, ਠੀਕ ਹੈ ਨਾ, ਪਰ ਹੁਣ ਗੱਲ ਪ੍ਰਸ਼ਾਸਨ ਇਹ ਕਹੇ ਵੀ ਘਰ ਆਏ ਨੂੰ ਵੀ ਤੁਸੀਂ ਉੱਪਰ ਛੁੱਪ ਕੇ ਬਹਿ ਜਾਓ, ਉਹ ਮੈਂ ਉਹਨਾਂ ਵਰਗਾ ਨਹੀਂ ਹੈਗਾ ਭਾਜੀ, ਮੈਂ ਤਾਂ ਪੁੱਛਣਾ ਚਾਹੁੰਦਾ ਵੀ ਹੁਣ ਪੰਜਾਬ ਵਿੱਚੋਂ ਚੱਲ ਜਾਈਏ ਚਾਬੀਆਂ ਦੇ ਕੇ, ਭਗਵੰਤ ਮਾਨ ਜੀ ਨੂੰ ਚਾਬੀਆਂ ਭੇਜ ਦਈਏ ਹਿੰਦੂ ਲੋਕ, ਵੀ ਅਸੀਂ ਆਪਣੇ ਘਰਾਂ 'ਚ ਸੁਰੱਖਿਅਤ ਨਹੀਂ, ਆਪਣੇ ਦਫ਼ਤਰਾਂ 'ਚ ਸੁਰੱਖਿਅਤ ਨਹੀਂ, ਅਸੀਂ ਵਪਾਰ ਕਰਦੇ ਹਾਂ, ਅਸੀਂ ਵਪਾਰ ਕਰਦੇ ਵੇ ਆਰਾਮ ਨਾਲ ਬੈਠੇ ਹਾਂ, ਇਹ ਕੀ ਲੈਣ ਆਇਆ ਸਾਡੇ ਕੋਲ, ਦੱਸੋ ਹੁਣ ਮੈਨੂੰ, ਇਹ ਹੁਣ ਸਵਾਲ ਤਾਂ ਇਹਨੂੰ ਪੁੱਛੋ ਨਾ, ਮੈਨੂੰ ਨਾ ਪੁੱਛੋ, ਅਸੀਂ ਵੀ ਇਹ ਗੱਲ ਪੁੱਛਦੀ ਵਿਚਾਰਾਂ ਦੀ ਲੜਾਈ ਆ ਵੀ ਕੀ ਹੁੰਦਾ, ਚੈੱਕ ਕੱਟੇ ਜਾਂਦੀ ਗੱਲ ਹੁੰਦੀ ਆ, ਵਿਚਾਰਾਂ ਦੀ ਲੜਾਈ ਆ, ਤੇ ਵਿਚਾਰਾਂ ਦੀ ਲੜਾਈ ਕਰੇ ਫਿਰ ਵਿਚਾਰ ਛੱਡਦੇ ਪੁਲਸ, ਆਪਾਂ ਵਿਚਾਰ ਕਰ ਲੈਂਦੇ ਆ, ਮੈਂ ਤਾਂ ਮਨਾ ਹੀ ਨਹੀਂ ਕੀਤਾ ਵਿਚਾਰ ਕਰਨ ਤੋਂ, ਪਰ ਕੀ ਹੋਇਆ ਸੀ ਨੇ ਤੁਹਾਨੂੰ ਕੀ ਹਥਿਆਰ ਲੈ ਕੇ ਆਏ, ਮੈਨੂੰ ਨਹੀਂ ਪਤਾ ਜੀ, ਜੋ ਹਥਿਆਰ ਇਹਨਾਂ ਕੋਲ ਹੁੰਦੇ ਨੇ ਮੈਂ ਦੇਖਿਆ ਨਹੀਂ, ਪੁਲਸ ਮੌਕੇ ਤੇ ਸੀ ਜਦੋਂ ਅਸੀਂ ਥੱਲੇ ਆਏ ਆ, ਤੇ ਪੁਲਸ ਨੇ ਪਹਿਲਾਂ ਹੀ ਇਹਨੂੰ ਕਵਰ ਕੀਤਾ ਹੋਇਆ ਸੀ, ਮੈਨੂੰ ਨਹੀਂ ਪਤਾ ਹਥਿਆਰ ਜਿਹੜੀ ਤਲਵਾਰਾਂ ਭਾਲੇ ਜੋ ਹੁੰਦੇ ਉਹ ਲੈ ਕੇ ਚੱਲਦੇ ਨੇ, ਪਰ ਗੱਲ ਤਾਂ ਇਹ ਹੈ ਪੱਤਰਕਾਰ ਸਾਹਿਬ ਵੀ ਅਸੀਂ ਆਪਣੇ ਦਫ਼ਤਰ ਬੈਠੇ ਹਾਂ, ਅਸੀਂ ਆਪਣੇ ਘਰਾਂ 'ਚ ਬੈਠੇ ਹਾਂ, ਮੈਨੂੰ ਤਾਂ ਇਹ ਦੱਸੋ ਵੀ ਇੱਕ ਵੀ ਬਿਆਨ ਜਿਹੜਾ ਸਿੱਖ ਧਰਮ ਦੇ ਖਿਲਾਫ ਹੋਵੇ, ਮੈਂ ਸਾਰੀ ਜਾਇਦਾਦ ਉਸ ਬੰਦੇ ਦੇ ਨਾਮ 'ਤੇ ਦੇ ਦਾਂਗਾ ਜਿਹੜਾ ਕਹਿ ਦੇਵੇ ਰੋਹੀ ਸਾਨੀ ਨੇ ਸਿੱਖ ਧਰਮ ਦੇ ਕਦੀ ਟਾਰਗੇਟ ਕੀਤਾ, ਅਸੀਂ ਅੰਮ੍ਰਿਤਪਾਲ ਨੂੰ ਟਾਰਗੇਟ ਕਰਦੇ, ਅਸੀਂ ਹਿੰਦੂ ਜੱਥੇ ਬੰਦਿਆਂ ਨੂੰ ਵੀ ਟਾਰਗੇਟ ਕਰਦੇ ਹਾਂ, ਵੀ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ, ਪੰਜਾਬ ਦੇ 'ਚ ਕਤਲੇਆਮ ਬਹੁਤ ਚੱਲਿਆ ਪਹਿਲਾਂ, ਅੱਜ ਪੰਜਾਬ ਦਾ ਮਾਹੌਲ ਦੁਬਾਰਾ ਨਾ ਖਰਾਬ ਕਰੋ, ਕਿਉਂਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ, ਨਾ ਸਾਨੂੰ ਹਿੰਦੂ ਰਾਸ਼ਟਰ ਚਾਹੀਦਾ, ਨਾ ਸਾਨੂੰ ਖਾਲਿਸਤਾਨ ਚਾਹੀਦਾ, ਅਸੀਂ ਨਿਊਟਰਲ ਗੱਲ ਕਰਦੇ ਹਾਂ, ਇਹ ਪਬਲਿਸਿਟੀ ਵਿਹਲੀ ਲੈਣ ਆਇਆ ਇਹ ਬੰਦਾ, ਵਿਹਲੀ ਮੈਨੂੰ ਤਾਂ ਪਬਲਿਸਿਟੀ ਲੱਗ ਰਹੀ ਹੈ ਨਾ, ਕਰਨ ਕਰਾਣ ਨੂੰ ਤਾਂ ਰੱਬ ਬੈਠਾ ਜੀ, ਮੌਤ ਰੱਬ ਦੇ ਹੱਥ ਹੈ, ਇਹ ਇਹਨਾਂ ਵਰਗੇ ਮਲੰਗਾ ਦੇ ਹੱਥ ਨਹੀਂ ਹੈਗੀ, ਤੇ ਨਾ ਰੋਈ ਸਾਨੀ ਡਰਿਆ ਤੇ ਨਾ ਕਦੀ ਡਰੂਗਾ, ਪਰ ਗੱਲ ਤਾਂ ਇਹ ਹੈ ਵੀ ਪ੍ਰਸ਼ਾਸਨ ਕਿੱਥੇ ਹੈ, ਅੱਜ ਇਹ ਬੰਦਾ ਸਰੇਆਮ ਦੇਖੋ ਤਲਵਾਰਾਂ ਲੈ ਕੇ ਸਾਡੇ ਘਰਾਂ ਤੱਕ ਦਫ਼ਤਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਕਿੱਥੇ, ਪਰ 5-6 ਬੰਦੇ ਆਏ ਸੀ ਜਿਨ੍ਹਾਂ ਵਿੱਚੋਂ ਦੋ ਹੀ ਇੱਥੇ ਲੈ ਗਏ, ਬਾਕੀ ਪੁਲਿਸ ਦੇ ਸਾਹਮਣੇ ਨਹੀਂ, ਅਸੀਂ ਉਹੀ ਗੱਲ ਕਰਨ ਆਏ ਜੀ, ਜੇ ਪੁਲਿਸ ਦੇ ਸਾਹਮਣੇ ਚਲੇ ਗਏ ਬੜੀ ਮੰਦਭਾਗੀ ਗੱਲ ਹੈ, ਜਿਹੜੇ ਬੰਦੇ ਨੂੰ ਪਤਾ ਵੈ ਇਹਨਾਂ 'ਤੇ ਕਿਹੜੀ ਪੁਲਿਸ ਕਾਰਵਾਈ ਪ੍ਰਸ਼ਾਸਨਿਕ ਅਧਿਕਾਰੀ ਕਾਰਵਾਈ ਕਰ ਰਹੇ ਨੇ, ਅਸੀਂ ਤਾਂ ਉਹੀ ਰਿਕੁਐਸਟ ਕਰਨ ਆਏ ਹਾਂ, ਕੀ ਮੰਗ ਹੈ, ਮੰਗ ਹੈ ਜੀ ਇਹਨਾਂ 'ਤੇ ਪਰਚਾ ਦਰਜ ਕਰੋ, ਜਿਹੜਾ ਮਾਹੌਲ ਖਰਾਬ ਕਰਦੇ ਪਏ ਨੇ, ਸਾਡੀ ਤਾਂ ਇੱਕੋ ਹੀ ਮੰਗ ਆ, ਅਸੀਂ ਕੋਈ ਲੜਨਾ ਥੋੜ੍ਹੀ ਹੈ, ਠੀਕ ਹੈ ਨਾ, ਅਸੀਂ ਵਪਾਰੀ ਲੋਕ ਹਾਂ, ਤੁਹਾਨੂੰ ਜਾਨ ਨੂੰ ਵੀ ਇਹਨਾਂ ਜਿੱਦਾਂ ਖਤਰਾ ਲੱਗਦਾ, ਨਹੀਂ ਮੈਨੂੰ ਦੇਖੋ ਭਾਜੀ ਜਾਨ ਤਾਂ ਉੱਪਰ ਵਾਲੇ ਦੇ ਹੱਥ ਹੈ, ਜਾਨ ਕੋਈ ਇੱਦਾਂ ਨਹੀਂ ਲੈ ਸਕਦਾ, ਜਾਨ ਤਾਂ ਦੇਖੋ ਨਾ ਗਨਮੈਨਾਂ ਨੇ ਬਚਾਉਣੀ ਹੈ, ਇੰਦਰਾ ਗਾਂਧੀ ਜੀ ਜਿੰਨੀ ਸਿਕਿਉਰਟੀ ਤਾਂ ਸਾਡੀ ਹਿੰਦੂ ਲੀਡਰਾਂ ਕੋਲ ਹੋ ਨਹੀਂ ਸਕਦੀ, ਨਾ ਮੈਂ ਮੰਗਦਾ ਗਨਮੈਨ ਦਿਓ, ਠੀਕ ਹੈ, ਪਰ ਮੈਂ ਇਹ ਕਹਿੰਦਾ ਵੀ ਪੰਜਾਬ ਦਾ ਮਾਹੌਲ ਚਾਹੇ ਸ਼ਿਵ ਸੈਨਾ ਵਾਲੇ ਨੇ ਚਾਹੇ ਅੰਮ੍ਰਿਤਪਾਲ ਵਰਗੇ ਜਿਹੜੇ ਬੰਦੇ ਨੇ ਖਾਲਿਸਤਾਨ ਦੀ ਹਮਾਇਤ ਕਰਦੇ, ਕਿਉਂ ਖਰਾਬ ਕਰਨਾ, ਜੇ ਸਾਡੇ ਵਰਗੇ ਨਿਊਟਰਲ ਬੰਦੇ ਵਿੱਚ ਬੋਲ ਕੇ ਕਹਿੰਦੇ ਵੀ ਇਹਨਾਂ ਨੂੰ ਵੀ ਨਾਪ ਲਓ, ਅੰਮ੍ਰਿਤਪਾਲ ਨੂੰ ਨਾਪ ਲਓ, ਅਸੀਂ ਤਾਂ ਨਹੀਂ ਕਹਿੰਦੇ ਜਿਹੜੇ ਮਾਹੌਲ ਖਰਾਬ ਕਰਦੇ, ਮੈਂ ਸਾਰੀ ਸ਼ਿਵ ਸੈਨਾ ਦੀ ਗੱਲ ਨਹੀਂ ਕਰਦਾ, ਜਿਹੜੇ ਜਾਣ ਬੁੱਝ ਕੇ ਅਗਰੈਸਿਵ ਬਿਆਨ ਦਿੰਦੇ ਵੀ ਇਧਰੋਂ ਚੁੰਝ ਛਿੜੇ ਉਧਰੋਂ ਚੁੰਝ ਛਿੜੇ, ਉਹ ਅਸੀਂ ਕਦੇ ਖਤਮ ਹੋ ਜਾਵਾਂਗੇ, ਦੇਖੋ ਭਾਜੀ ਇਹ ਤਾਂ ਇਹਨਾਂ ਦੀ ਸਟ੍ਰੈਟਜੀ ਹੈ, ਅੰਮ੍ਰਿਤਪਾਲ ਨੇ ਬਿਆਨ ਦੇ ਦਿੱਤਾ ਵੀ ਹੱਥ ਵੱਢ ਦਾਂਗੇ, ਮੈਂ ਉਹਦੇ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਠੀਕ ਹੈ ਨਾ, ਜਦੋਂ ਕੋਈ ਆਊਗਾ ਫਿਰ ਦੇਖਾਂਗੇ।